ਸਸਿਕਾਲ ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਮਨਿੰਦਰਜੀਤ ਸਿੰਘ। ਇਸ ਵਕਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰਸਟ ਰਿਸ਼ੀਕੇਸ਼ ਵਿਖੇ ਮੌਜੂਦ ਹਾਂ। ਜਿਵੇਂ ਕਿ ਸਿੱਖ ਸੰਗਤਾਂ ਜਾਣਦੀਆਂ ਨੇ ਕਿ ਸ਼੍ਰੀ ਹੇਮਕੁੰਟ ਸਾਹਿਬ ਦੇ ਕਪਾਟ 22 ਤਰੀਕ ਨੂੰ ਖੁੱਲਣ ਜਾ ਰਹੇ ਨੇ। ਉਸ ਦਰਮਿਆਨ ਸਿੱਖ ਸੰਗਤਾਂ ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚੋਂ ਜਿਹੜੀਆਂ ਇੱਥੇ ਨਤਮਸਤਕ ਹੋਣ ਵਾਸਤੇ ਪਹੁੰਚਦੀਆਂ ਨੇ, ਤਾਂ ਉਹ ਗੁਰਦੁਆਰਾ ਸਾਹਿਬ ਹੈ, ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਜਿੱਥੇ ਸੰਗਤਾਂ ਦਾ ਪਹਿਲਾ ਪੜਾਅ ਇੱਥੇ ਆ ਕੇ ਲੱਗਦਾ ਹੈ। ਇੱਥੇ ਬਹੁਤ ਵਧੀਆ ਜਿਹੜਾ ਮੈਨੇਜਮੈਂਟ ਵੱਲੋਂ ਪ੍ਰਬੰਧ ਚਲਾਇਆ ਜਾ ਰਿਹਾ ਹੈ। ਗੱਲ ਕਰ ਲਈਏ ਕਮਰਿਆਂ ਦੀ ਤਾਂ ਖੁੱਲ੍ਹੇ ਕਮਰੇ ਨੇ। ਜੇਕਰ ਕਿਸੇ ਨੂੰ ਲੋੜ ਹੈ, ਜਿਵੇਂ ਕਿ ਬਜ਼ੁਰਗ ਜਾਂ ਬੱਚਿਆਂ ਦੀ ਗੱਲ ਕੀਤੀ ਜਾਵੇ, ਤਾਂ ਉਹਨਾਂ ਨੂੰ ਏਸੀ ਰੂਮ ਮੁਹੱਈਆ ਕਰਵਾਏ ਜਾਂਦੇ ਨੇ। ਤਾਂ ਜੇ ਵੈਸੇ ਗੱਲ ਕਰ ਲਈ ਜਾਵੇ ਤਾਂ ਕਮਰੇ ਜਿਹੜੇ ਨੇ ਕਾਫੀ ਖੁੱਲ੍ਹੇ ਨੇ, ਹਵਾਦਾਰ ਨੇ। ਇਸੇ ਤਰ੍ਹਾਂ ਜੇ ਲੰਗਰ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਸਾਹਿਬ ਦਾ ਚਲਾਇਆ ਹੋਇਆ ਲੰਗਰ ਜਿਹੜਾ 24 ਘੰਟੇ ਇੱਥੇ ਅਟੁੱਟ ਵਰਤਾਇਆ ਜਾਂਦਾ ਹੈ। ਸੰਗਤਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਂਦੀ। ਇਸ ਦੇ ਨਾਲ ਹੀ ਇੱਥੇ ਇੱਕ ਗੁਰਮਤਿ ਵਿਦਿਆਲਿਆ ਵੀ ਜਿਹੜਾ ਇਸ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਚਲਾਇਆ ਜਾ ਰਿਹਾ ਹੈ, ਜਿੱਥੇ ਅਨੇਕਾਂ ਹੀ ਬੱਚੇ ਜਿਹੜੇ ਨੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਇੱਥੋਂ ਜਿਹੜੇ ਨਿਕਲ ਕੇ ਵੱਖ ਵੱਖ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਤਾਂ ਇਹ ਗੁਰਦੁਆਰਾ ਸਾਹਿਬ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਸਵੇਰ ਦਾ ਮਾਹੌਲ ਹੈ, ਗੁਰਬਾਣੀ ਦੇ ਪ੍ਰਵਾਹ ਜਿਹੜੇ ਨੇ ਉਹ ਲਗਾਤਾਰ ਚੱਲ ਰਹੇ ਨੇ। ਸੰਗਤਾਂ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਸ਼੍ਰੀ ਹੇਮਕੁੰਟ ਸਾਹਿਬ ਨਤਮਸਤਕ ਹੁੰਦੀਆਂ ਨੇ, ਤਾਂ ਇਹ ਪਹਿਲਾ ਪੜਾਅ ਹੈ ਜਿੱਥੇ ਜਿਹੜਾ ਸੰਗਤਾਂ ਵੱਲੋਂ ਰੁਕਿਆ ਜਾਂਦਾ ਹੈ। ਰਾਤ ਦਾ ਸਟੇਅ ਕਰਨ ਤੋਂ ਬਾਅਦ ਸੰਗਤਾਂ ਅੱਗੇ ਵੱਧਦੀਆਂ ਨੇ, ਅਤੇ ਸਾਡੇ ਨਾਲ ਜਿਹੜੀਆਂ ਸੰਗਤਾਂ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਵੀਰ, ਕਿੱਥੋਂ ਆਏ ਹੋ? ਤਰਨ ਤਾਰਨ ਸਾਹਿਬ ਤੋਂ ਆਏ। ਪਹਿਲੀ ਵਾਰ ਆਏ ਹੋ? ਹਰ ਵਾਰ ਆਈਦਾ। ਕਿਵੇਂ ਦਾ ਲੱਗਦਾ, ਜਿਵੇਂ 2 ਸਾਲ ਕਰੋਨਾ ਕਰਕੇ ਵਿੱਚੋਂ ਨਹੀਂ ਵੀ ਆਇਆ ਗਿਆ? 2 ਸਾਲ ਇਹੋ ਹੀ ਕਰੋਨਾ ਦਾ ਘਾਟਾ ਪੈ ਗਿਆ ਜੀ, ਉੱਦਾਂ ਅਸੀਂ ਹਰ ਯਾਤਰਾ ਕਰੀਦੀ ਜੀ ਹਰ ਵਾਰ। ਕੀ ਮਨ ਚ ਮਨਸ਼ਾ ਕੀ ਲੈ ਕੇ ਚੱਲਦੇ ਹੋ ਇੰਨੀ ਦੂਰੋਂ, ਪੰਜਾਬ ਤੋਂ ਕਰੀਬ 500-700 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਣਾ? ਮਨਸ਼ਾ ਜੀ ਇਹੀ ਹੈ, ਰਿਸ਼ੀਕੇਸ਼ ਤੋਂ ਬਾਬਾ ਜੀ ਦੇ ਦਰਸ਼ਨਾਂ ਦੀ ਚਾਹਵਾਨ ਹੋਈਦਾ ਬਸ ਜੀ। ਦਰਸ਼ਨ ਮੇਲੇ ਕਰੀਦੇ ਭਾਜੀ। ਤਾਂ ਦਰਸ਼ਨ ਮੇਲੇ ਕਰਨ ਵਾਸਤੇ ਸੰਗਤਾਂ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਇੱਥੇ ਪਹੁੰਚੀਆਂ ਹੋਈਆਂ ਨੇ, ਹੋਰ ਵੀ ਜਿਹੜੀਆਂ ਸੰਗਤਾਂ ਦੂਰੋਂ ਦੂਰੋਂ ਇੱਥੇ ਪਹੁੰਚੀਆਂ ਨੇ, ਬਾਬਾ ਜੀ ਮੌਜੂਦ ਨੇ। ਬਾਬਾ ਜੀ ਖਾਲਸਾ ਫਤਿਹ ਜੀ। ਬਰਨਾਲਾ ਸ਼ਹਿਰ ਤੋਂ ਆਏ ਜੀ? ਹਾਂਜੀ, ਪਹਿਲੀ ਵਾਰ ਹੀ ਆਏ ਜੀ ਅਸੀਂ ਤਾਂ ਜੀ। ਪਹਿਲੀ ਵਾਰ ਆ, ਕਿਵੇਂ ਕੀ ਆਨੰਦ ਆ ਰਿਹਾ? ਆਨੰਦ ਬਹੁਤ ਵਧੀਆ ਜੀ, ਬਸ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਪਰਿਵਾਰ ਨਾਲ ਆਏ? ਹਾਂਜੀ, ਪਰਿਵਾਰ ਨਾਲ ਆਇਆ ਸਰ। ਅੱਜ ਫਿਰ ਅੱਗੇ ਜਾਣਾ? ਹਾਂਜੀ। ਜੇ ਬਾਬਾ ਜੀ ਇਤਿਹਾਸ ਦੀ ਗੱਲ ਕਰ ਲਈ ਜਾਵੇ ਤਾਂ ਹੇਮਕੁੰਟ ਸਾਹਿਬ ਦਾ ਇਤਿਹਾਸ ਕੀ ਹੈ? ਇਤਿਹਾਸ ਤਾਂ ਗੁਰੂ ਸਾਹਿਬ ਜੀ ਆਏ ਸੀ ਇੱਥੇ, ਗੁਰੂ ਗੋਬਿੰਦ ਸਿੰਘ ਜੀ। ਹਾਂਜੀ, ਉੱਥੇ ਤਪੱਸਿਆ ਕਰੀ ਸੀ। ਅੱਜ ਅੱਗੇ ਜਾਣਾ, ਫਿਰ ਅੱਗੇ ਉਸ ਤੋਂ ਬਾਅਦ ਦਾ ਕੀ ਪ੍ਰੋਗਰਾਮ? ਵਾਪਸੀ ਆਵਾਂਗੇ ਜੀ। ਪਰਿਵਾਰ ਸਮੇਤ ਆਏ ਹੋ? ਪਰਿਵਾਰ ਸਮੇਤ ਆਏ ਜੀ। ਪਰਿਵਾਰ ਸਮੇਤ ਬਰਨਾਲਾ ਤੋਂ ਵੀ ਜਿਹੜਾ ਇੱਕ ਪਰਿਵਾਰ ਇੱਥੇ ਪਹੁੰਚਿਆ, ਹੋਰ ਵੀ ਵੱਖ ਵੱਖ ਸੰਗਤਾਂ ਇੱਥੇ ਪਹੁੰਚਦੀਆਂ ਨੇ ਅਤੇ ਆਪਣੇ ਆਪ ਨੂੰ ਜਿਹੜਾ ਵਡਭਾਗਾ ਮਹਿਸੂਸ ਕਰਦੀਆਂ ਨੇ ਇੱਥੇ ਪਹੁੰਚ ਕੇ। ਇਸ ਗੁਰਦੁਆਰੇ ਸਾਹਿਬ ਵੱਲੋਂ ਜਿਹੜਾ ਕਾਫੀ ਪ੍ਰਬੰਧ ਵਧੀਆ ਚਲਾਏ ਜਾ ਰਹੇ ਨੇ, ਤਾਂ ਦਰਸ਼ਨ ਤੁਸੀਂ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਕੋਨੇ ਤੋਂ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆ ਰਹੇ ਹੋ ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਇੱਥੇ ਰੁਕ ਸਕਦੇ ਹੋ। ਜੇਕਰ ਤੁਸੀਂ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਵਾਸਤੇ ਅੱਗੇ ਜਾਣਾ ਹੈ ਤਾਂ ਇੱਥੇ ਰਾਤ ਰੁਕਣ ਵਧੀਆ ਹੈ, ਖੁੱਲ੍ਹੀ ਪਾਰਕਿੰਗ ਬਣੀ ਹੋਈ ਹੈ ਅਤੇ ਨਾਲ ਹੀ ਜਿਹੜਾ ਇੱਥੇ ਕਮਰਿਆਂ ਦੇ ਨਾਲ ਨਾਲ ਜਿਹੜਾ ਲੰਗਰ ਦੇ ਪ੍ਰਵਾਹ ਲਗਾਤਾਰ ਚੱਲਦੇ ਨੇ। ਵੀਰ, ਕਿੱਥੋਂ ਆਏ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਬਾਬਾ ਜੀ ਬਾਬਾ ਬੁੱਢਾ ਸਾਹਿਬ ਲਾਗੇ ਗੁਰਦੁਆਰਾ ਝਬਾਲ ਤੋਂ, ਹਾਂਜੀ, ਤਰਨ ਤਾਰਨ ਜ਼ਿਲ੍ਹਾ। ਪਹਿਲੀ ਵਾਰ ਆਏ ਹੋ? ਨਹੀਂ ਸਰ, ਦੂਜੀ ਵਾਰੀ। ਕਿਵੇਂ ਦਾ ਮਹਿਸੂਸ ਹੋ ਰਿਹਾ ਇੱਥੇ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਇੱਥੇ ਸੰਗਤਾਂ ਬਹੁਤ ਆ ਰਹੀਆਂ, ਬਹੁਤ ਆਨੰਦ ਹੋਇਆ। ਤਾਂ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਜਿਹੜੀਆਂ ਸੰਗਤਾਂ ਪੁੱਜੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਤਜਰਬਾ, ਦੂਸਰੀ ਵਾਰ ਇੱਥੇ ਪਹੁੰਚੇ ਨੇ, ਤਾਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕਰਦੇ ਜਾਵਾਂਗੇ। ਤਦ ਤੱਕ ਤੁਸੀਂ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਚਲਾਏ ਜਾ ਰਹੇ ਨੇ ਉਹਨਾਂ ਦੇ ਦਰਸ਼ਨ ਕਰੋ ਅਤੇ ਤੁਸੀਂ ਇਹ ਘਰ ਬੈਠੇ ਮਹਿਸੂਸ ਕਰ ਸਕਦੇ ਹੋ ਕਿ ਪ੍ਰਬੰਧ ਕਿੰਨਾ ਕੁ ਵਧੀਆ ਹੋਵੇਗਾ ਕਿ ਇੱਥੇ ਸੈਂਕੜੇ ਹੀ ਸ਼ਰਧਾਲੂ ਜਿਹੜੇ ਆ ਰੋਜ਼ ਰੁਕਦੇ ਨੇ, ਚਾਹੇ ਉਹ ਦੇਸ਼ ਜਾਂ ਵਿਦੇਸ਼ ਦੇ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚੋਂ ਇੱਥੇ ਪੁੱਜਣ, ਉਹਨਾਂ ਦਾ ਜਿਹੜਾ ਪੂਰੀ ਤਰ੍ਹਾਂ ਨਾਲ ਇੱਥੇ ਸਵਾਗਤ ਕੀਤਾ ਜਾਂਦਾ ਹੈ। ਸਿੱਖ ਸੰਗਤਾਂ ਵੱਲੋਂ ਮੈਨੇਜਮੈਂਟ ਟਰੱਸਟ ਵੱਲੋਂ ਜਿਹੜਾ ਉਹਨਾਂ ਦਾ ਪੂਰਾ ਸਵਾਗਤ ਵੀ ਇੱਥੇ ਕੀਤਾ ਜਾਂਦਾ। ਸਰਦਾਰ ਸਾਹਿਬ, ਕਿੱਥੋਂ ਆਏ ਹੋ ਜੀ? ਲੁਧਿਆਣੇ ਤੋਂ। ਬਹੁਤ ਖੁਸ਼ੀ ਮਿਲ ਰਹੀ ਹੈ ਆ ਕੇ।
ਬਹੁਤ ਹੀ ਵਧੀਆ ਲੱਗ ਰਿਹਾ ਆਪਾਂ ਅਕਸਰ ਜਿਹੜਾ ਉੱਥੇ ਵੀ ਗੁਰੂ ਘਰਾਂ 'ਚ ਜਾਂਦੇ ਹਾਂ ਅਤੇ ਹੇਮਕੋਟ ਸਾਹਿਬ ਇੱਥੇ ਆ ਕੇ ਕੀ ਵੱਖਰਾਪਣ ਕੀ ਲੱਗਾ ਇੱਥੇ ਵਧੀਆ ਲੱਗਿਆ ਵਾ ਕਿ ਇੱਕ ਮਾਹੌਲ ਐਟਮੋਸਫੀਅਰ ਬਹੁਤ ਵਧੀਆ ਵਾ ਆਪਾਂ ਸ਼ਹਿਰਾਂ 'ਚ ਜਾਂਦੇ ਪਿਆ ਕਿੱਥੇ ਐਟਮੋਸਫੀਅਰ ਵਧੀਆ ਮਿਲਦਾ ਇੱਥੇ ਬਹੁਤ ਵਧੀਆ ਮਿਲ ਰਿਹਾ ਵਾ ਇੱਕ ਮਾਹੌਲ ਮਿਲਵਰਤਨ ਵਰਗਾ ਪਰਿਵਾਰ ਵਰਗਾ ਹੀ ਲੱਗ ਰਿਹਾ ਇੱਧਰ ਵੀ ਸਾਰਾ ਬਹੁਤ ਵਧੀਆ ਖੁਸ਼ੀ ਮਿਲਦੀ ਹੈ ਫਿਰ ਕਿੱਥੋਂ ਆਏ ਹੋ ਅਤੇ ਕਦੋਂ ਤੋਂ ਆ ਰਹੇ ਹੋ ਅਸੀਂ ਲੁਧਿਆਣੇ ਤੋਂ ਆਏ ਮੈਂ ਬਹੁਤ ਵਾਰੀ ਆ ਚੁੱਕਿਆ ਇੱਥੇ ਕਾਰਨ ਕੀ ਜੇ ਆਪਾਂ ਗੱਲ ਕਰੀਏ ਕਿਹੜੀ ਖਿੱਚ ਆ ਉਹ ਜਿਹੜੀ ਤੁਹਾਨੂੰ ਖਿੱਚ ਗੁਰੂ ਘਰ ਦੀ ਖਿੱਚ ਜੀ ਗੁਰੂ ਘਰ ਦੀ ਖਿੱਚ ਗੁਰੂ ਘਰ ਦੀ ਖਿੱਚ ਆ ਲਿਵ ਲੱਗੀ ਹੈ ਅਜੇ ਤਾਂ ਮੈਂ ਇਸ ਤੋਂ ਪਿਛਲੀ ਜਦੋਂ ਲੋਕਡਾਊਨ ਲੱਗਿਆ ਨਹੀਂ ਸੀਗਾ ਉਸ ਤੋਂ ਪਹਿਲਾਂ ਮੈਂ ਨੰਗੀ ਪੈਰੀ ਵੀ ਚੜਿਆ ਹੋਇਆ ਸੀਗਾ ਜੀ ਪੈਦਲ ਪ੍ਰੀਤ ਲੱਗੀ ਗੁਰੂ ਨਾਲ ਹਾਂਜੀ ਜੀ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਦੁਬਾਰਾ ਆਉਣ ਦਾ ਮਨ ਕਰਦਾ ਜੀ ਇੱਕ ਤਾਂ ਉੱਚੀਆਂ ਉੱਚੀਆਂ ਵਾਦੀਆਂ 'ਚ ਬੈਠੇ ਨੇ ਬਾਬਾ ਜੀ ਇਸ ਕਰਕੇ ਉੱਥੇ ਆ ਜਾਂਦੇ ਬਿਲਕੁਲ ਨਹੀਂ ਨਹੀਂ ਬਾਬਾ ਠੀਕ ਹੈ ਆਪਣੀ ਜਗ੍ਹਾ 'ਤੇ ਬਾਬਾ ਜੀ ਆਪਣੀ ਜਗ੍ਹਾ 'ਤੇ ਬੈਠੇ ਨੇ ਅਸੀਂ ਉਹਨਾਂ ਦੀ ਸੇਵਾ 'ਚ ਆ ਜਾਈਏ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਬਹੁਤ ਵਾਰੀ ਆਇਆ ਵੈਸੇ ਵੀ ਤੁਹਾਡੀਆਂ ਅੱਖਾਂ 'ਚੋਂ ਪ੍ਰੀਤ ਝਲਕ ਰਹੀ ਹੈ ਗੁਰੂ ਸਾਹਿਬ ਪ੍ਰਤੀ ਇਹ ਤੁਹਾਨੂੰ ਲੱਗਦਾ ਜਾਂ ਆਪਾਂ ਜੇ ਸਿੱਖ ਸੰਗਤ ਦੀ ਗੱਲ ਕਰੀਏ ਕਿ ਆਪਾਂ ਉਹ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗਾਂ 'ਤੇ ਚੱਲ ਵੀ ਰਹੇ ਹਾਂ ਜਾਂ ਨਹੀਂ ਦੇਖੋ ਜੀ ਅਸੀਂ ਹਰ ਬੰਦੇ ਨੂੰ ਤਾਂ ਇੱਕ ਜਿੱਕਾ ਨਹੀਂ ਕਰ ਸਕਦੇ ਹਰ ਬੰਦੇ ਦੀ ਸੋਚ ਅਲੱਗ ਹਰ ਬੰਦੇ ਦੇ ਸੋਚਣ ਦਾ ਨਜ਼ਰੀਆ ਅਲੱਗ ਲੇਕਿਨ ਗੁਰੂ ਸਾਹਿਬ ਨੇ ਜੋ ਕਿਹਾ ਉਹ ਆਪਾਂ ਸੋਚ ਕੇ ਚੱਲੀਏ ਜ਼ਰੂਰੀ ਨਹੀਂ ਕਿ ਹਰ ਬੰਦਾ ਉਹੀ ਚੀਜ਼ ਚੱਲੇਗਾ ਤੁਸੀਂ ਆਪਣੇ ਹਿਸਾਬ ਨਾਲ ਸੋਚੋ ਤੁਸੀਂ ਦੂਸਰਾ ਆਪਣੇ ਆਪ ਨੂੰ ਸਹੀ ਲੱਗੇਗਾ ਤਾਂ ਇਹ ਇਤਿਹਾਸਿਕ ਜਿਹੜੀਆਂ ਤਸਵੀਰਾਂ ਨੇ ਕੁਝ ਤਸਵੀਰਾਂ ਇਹਨਾਂ ਵੱਲੋਂ ਲਗਾਈਆਂ ਗਈਆਂ ਨੇ ਜਿੱਥੇ ਕਿ ਮੈਨੇਜਮੈਂਟ ਦੀ ਜਿਹੜੀ ਹੈ ਉਹ ਜਿਹੜਾ ਕਿਹਾ ਜਾ ਸਕਦਾ ਕਿ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ ਉਸ ਬਾਰੇ ਵੀ ਜਿਹੜਾ